ਬੀਬੀਸੀ ਪੰਜਾਬੀ ਦੇ ਪੇਜ ਤੋਂ ਤੁਹਾਡਾ ਸਵਾਗਤ ਹੈ। ਇਸ ਵਕਤ ਅਸੀਂ ਲਾਹੌਰ 'ਚ ਮੌਜੂਦ ਹਾਂ ਅਤੇ ਇੱਥੇ ਇੰਡੀਆ ਪਾਕਿਸਤਾਨ ਦੇ ਜਿਹੜੇ ਮੈਚ ਹੈ ਵਰਲਡ ਕੱਪ ਦਾ, ਉਹਦੀ ਸਕਰੀਨਿੰਗ ਹੋ ਰਹੀ ਸੀ। ਲੋਕ ਇੱਥੇ ਇਕੱਠੇ ਹੋਏ ਸੀ। ਹੁਣ ਪਹਿਲੀ ਇਨਿੰਗ ਜਿਹੜੀ ਉਹ ਖਤਮ ਹੋ ਗਈ ਹੈ ਅਤੇ ਜਿਵੇਂ ਤੁਹਾਨੂੰ ਪਤਾ ਹੋਏਗਾ, ਪਾਕਿਸਤਾਨ ਜਿਹੜਾ ਹੈ ਉਹ ਬਸ 191 ਰਨ ਕਰ ਸਕਿਆ ਅਤੇ ਇੰਡੀਆ ਨੂੰ ਉਹਨਾਂ ਨੇ 192 ਰਨ ਦਾ ਟਾਰਗੇਟ ਦਿੱਤਾ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲੇ ਜਿਹੜੇ ਲੋਕਾਂ ਨਾਲ ਗੱਲ ਹੋਈ ਸੀ ਅਤੇ ਉਹ ਐਕਸਪੈਕਟ ਕਰ ਰਹੇ ਸੀ ਜ਼ਿਆਦਾ ਇੱਕ ਪਾਕਿਸਤਾਨ ਇੱਕ ਚੈਲੇਂਜਿੰਗ ਟਾਰਗੇਟ ਜਿਹੜਾ ਉਹ ਸੈੱਟ ਕਰੇਗੀ, 300 ਤੋਂ ਉੱਤੇ ਦਾ ਟਾਰਗੇਟ ਸੈੱਟ ਕਰੇਗੀ, ਲੇਕਿਨ ਉਹ ਤਾਂ ਨਹੀਂ ਹੋਇਆ। ਹੁਣ ਲੋਕਾਂ ਦੀ ਜਿਹੜੀ ਮੋਟੀਵੇਸ਼ਨ ਅਤੇ ਐਨਰਜੀ ਲੈਵਲ ਹੈ ਹੁਣ ਥੋੜ੍ਹਾ ਡਾਊਨ ਨਜ਼ਰ ਆ ਰਿਹਾ। ਲੋਕਾਂ ਨਾਲ ਥੋੜ੍ਹੀ ਗੱਲ ਕਰਾਂਗੇ, ਪੁੱਛਾਂਗੇ ਕਿ ਪਹਿਲੇ ਕੀ ਐਕਸਪੈਕਟ ਕਰ ਰਹੇ ਸੀ ਅਤੇ ਹੁਣ ਜਿਹੜੀ ਹੁਣ ਇੱਕ ਇਨਿੰਗ ਤਾਂ ਹੁਣੇ ਵੀ ਬਾਕੀ ਹੈ ਅਤੇ ਹੁਣ ਕੀ ਐਕਸਪੈਕਟ ਕਰ ਰਹੇ ਨੇ, ਕੋਈ ਉਮੀਦ ਹੈ ਕਿ ਨਹੀਂ ਹੈ। ਸਰ ਜੀ, ਤੁਸੀਂ ਦੱਸੋ ਕਿ ਇਸ ਪਰਫੋਰਮੈਂਸ ਦੇ ਬਾਅਦ ਜਿਹੜੀ ਪਹਿਲੀ ਇਨਿੰਗਸ ਪਾਕਿਸਤਾਨ ਨੇ ਟਾਰਗੇਟ ਸੈੱਟ ਕੀਤਾ ਹੈ, ਕੋਈ ਉਮੀਦ ਹੈ ਹੁਣ ਪਾਕਿਸਤਾਨ ਦੀ ਕਿ ਉਹ ਕੋਈ ਮਿਰੇਕਲ ਕਰੇਗਾ ਜਾਂ ਕੋਈ ਬੋਲਿੰਗ ਦਾ ਕੋਈ ਸ਼ਾਹੀਨ ਸ਼ਾਹ ਅਫਰੀਦੀ 5 ਵਿਕਟਾਂ ਲੈ ਕੇ ਕੋਈ ਇੰਡੀਆ ਨੂੰ ਟਫ ਟਾਈਮ ਦੇਵੇਗਾ? ਦੇਖੋ, ਹੁਣ ਤਾਂ ਹੋਣ ਲੱਗੇ ਤਾਂ ਕੁਝ ਵੀ ਹੋ ਸਕਦਾ, ਠੀਕ ਹੈ, ਕਿਉਂਕਿ ਸਾਡੀ ਬੋਲਿੰਗ ਚੰਗੀ ਹੈ, ਸ਼ਾਹੀਨ ਸ਼ਾਹ ਅਫਰੀਦੀ ਵੀ ਚੰਗਾ ਬੋਲਰ ਹੈ ਅਤੇ ਹਾਰਿਸ ਰਾਊਫ ਵੀ ਚੰਗਾ ਅਤੇ ਹਸਨ ਅਲੀ ਬੜਾ ਐਕਸਪੀਰੀਅੰਸ ਬੋਲਰ ਹੈ ਅਤੇ ਹੋਣ ਨੂੰ ਕੁਛ ਵੀ ਹੋ ਸਕਦਾ ਅਤੇ ਹੁਣ ਵੇਖੋ ਕੀ ਹੁੰਦਾ ਅੱਗੇ। ਫਿਰ ਇਹ ਦੱਸੋ ਕਿ ਪਹਿਲੇ ਕਿੰਨਾ ਐਕਸਪੈਕਟ ਕਰ ਰਹੇ ਸੀ ਕਿ ਪਾਕਿਸਤਾਨ ਕਿੰਨਾ ਕੁ ਟਾਰਗੇਟ, ਜਿਹੜਾ ਇੱਕ ਚੈਲੇਂਜਿੰਗ ਟਾਰਗੇਟ ਹੁੰਦਾ ਇੰਡੀਅਨ ਟੀਮ ਇੰਡੀਅਨ ਬੈਟਿੰਗ ਵਾਸਤੇ, ਕਿੰਨਾ ਟਾਰਗੇਟ ਸੈੱਟ ਕਰਨਾ ਚਾਹੀਦਾ ਸੀ? ਵੇਖੋ ਜੀ, ਜਦੋਂ ਮੈਚ ਸ਼ੁਰੂ ਹੋਇਆ ਸੀ ਤੇ ਸਾਨੂੰ ਲੱਗਿਆ ਕਿ 300 ਟੱਚ ਕਰਨਗੇ, 300 ਸਵਾ 300 ਕਰਨਗੇ, ਪਰ ਜੰਜ ਵਿਕਟਾਂ ਡਿੱਗਦੀਆਂ ਗਈਆਂ, ਆਊਟ ਹੁੰਦੇ ਗਏ ਤੇ ਫਿਰ ਹੁਣ ਤੁਹਾਡੇ ਸਾਹਮਣੇ ਗਏ, 192 ਕੀਤਾ, 191 ਕੀਤਾ ਤੇ 192 ਕਰਨਾ ਉਹਨਾਂ ਨੇ, ਤੇ ਮੇਰਾ ਖਿਆਲ ਹੈ ਉਹ ਬੜੇ ਆਰਾਮ ਨਾਲ ਕਰ ਜਾਣਗੇ। ਤੇ ਟਰਨਿੰਗ ਪੁਆਇੰਟ ਕੀ ਸੀ ਮੈਚ ਦਾ, ਕਿਉਂਕਿ ਪਹਿਲੇ ਤੇ ਜਦੋਂ ਤੱਕ ਚੱਲ ਰਹੀ ਸੀ ਇੰਨਾ ਅਲਾਰਮਿੰਗ ਨਹੀਂ ਲੱਗ ਰਿਹਾ ਸੀ, ਤੁਹਾਡੇ ਲਈ ਕੀ ਟਰਨਿੰਗ ਪੁਆਇੰਟ ਸੀ ਮੈਚ ਦਾ? ਟਰਨਿੰਗ ਪੁਆਇੰਟ ਇਹ ਸੀ ਕਿ ਜਦੋਂ ਬਾਬਰ ਆਜ਼ਮ ਆਊਟ ਹੋਏ ਨੇ ਤੇ ਜਦੋਂ ਰਜ਼ਵਾਨ ਆਊਟ ਹੋਏ ਤੇ ਇਹ ਦੋਵੇਂ ਮੇਨ ਪਲੇਅਰ ਨੇ ਟੀਮ ਦੇ ਤੇ ਜਦੋਂ ਇਹ ਆਊਟ ਹੋਏ ਨੇ ਬਸ ਉਹੀ ਟਰਨਿੰਗ ਪੁਆਇੰਟ ਸੀ, ਕਿਉਂਕਿ ਬਾਕੀ ਕਿਸੇ ਪਲੇਅਰ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ। ਅਬਦੁੱਲਾ ਸ਼ਫੀਕ ਚੰਗਾ ਪਲੇਅਰ ਹੈ ਪਰ ਨਵਾਂ ਪਲੇਅਰ ਹੈ ਹਾਲੇ, ਤੇ ਸਾਊ ਸ਼ਕੀਲ ਵੀ ਚੰਗਾ ਪਰ ਨਵਾਂ ਪਲੇਅਰ ਹੈ, ਬਾਕੀ ਤੇ ਤੁਸੀਂ ਵੇਖ ਲਓ ਚਾਚਾ ਜਿਹੜਾ ਤੇ ਬਾਕੀ ਸ਼ਾਦਾਬ ਵਗੈਰਾ ਜਿੰਨੇ ਵੀ ਪਲੇਅਰ ਨੇ ਇਹ ਸਾਰੇ ਉਹੀ ਪੁਰਾਣੇ ਚੱਲੇ ਹੋਏ ਕਾਰਤੂਸ ਨੇ, ਇਹਨਾਂ ਨੇ ਨਾ ਕੁਛ ਕਰਨਾ ਹੈ ਨਾ ਕੁਛ, ਇਹਨਾਂ ਤੋਂ ਕੋਈ ਉਮੀਦ ਵੀ ਨਹੀਂ ਸਾਨੂੰ। ਮੇਰਾ ਖਿਆਲ ਸੇ ਟਰਨਿੰਗ ਪੁਆਇੰਟ ਮੈਚ ਦਾ ਸ਼ੁਰੂ ਹੋਣਾ ਸੀ। ਠੀਕ ਹੈ, ਡਿਸਅਪੁਆਇੰਟਮੈਂਟ ਜਿਹੜੀ ਹੈ ਪਾਕਿਸਤਾਨੀ ਫੈਨਸ ਦੀ ਉਹਨਾਂ ਦੀ ਗੱਲਾਂ ਤੋਂ ਅਤੇ ਉਹਨਾਂ ਦੀ ਈਵਨ ਆਵਾਜ਼ ਤੋਂ ਵੀ ਤੁਹਾਨੂੰ ਪਤਾ ਲੱਗਦਾ ਹੋਏਗਾ ਕਿ ਡਿਸਅਪੁਆਇੰਟਡ ਨੇ ਪਾਕਿਸਤਾਨੀ ਟੀਮ ਦੀ ਪਰਫੋਰਮੈਂਸ ਤੋਂ, ਬੈਟਿੰਗ ਦੀ ਪਰਫੋਰਮੈਂਸ ਤੋਂ, ਬਾਬਰ ਆਜ਼ਮ ਤੋਂ। ਲੋਕਾਂ ਨੂੰ ਫੈਨਸ ਨੂੰ ਬੜੀ ਹੋਪ ਸਨ ਕਿ ਉਹ ਇਸ ਵਾਰੀ ਆਪਣੇ ਫਾਰਮ 'ਚ ਵਾਪਸ ਆਉਣਗੇ ਅਤੇ ਕੋਈ ਸੈਂਚਰੀ ਕਰਨਗੇ, ਲੇਕਿਨ ਬਾਬਰ ਆਜ਼ਮ ਨੇ ਆਲਦੋ 50 ਕੀਤੀ ਲੇਕਿਨ ਉਹਦਾ ਓਵਰਆਲ ਕੋਈ ਇਹਦਾ ਇੰਪੈਕਟ ਨਹੀਂ ਗਿਆ। ਸਰ, ਇਹ ਦੱਸੋ ਕਿ ਪਾਕਿਸਤਾਨ ਦੀ ਬੋਲਿੰਗ ਫਾਰਮ 'ਚ ਤਾਂ ਨਹੀਂ, ਲੇਕਿਨ ਕੀ ਟਫ ਟਾਈਮ ਦੇ ਸਕਦੀ ਹੈ ਇੰਡੀਅਨ ਬੈਟਿੰਗ ਨੂੰ? ਮੈਨੂੰ ਤਾਂ ਲੱਗਦਾ ਹੈ ਸ਼ਾਇਦ ਦੇ ਸਕਦੀ ਹੈ, ਕਿਉਂਕਿ ਸਾਡੇ ਜਿਹੜੇ ਬੋਲਰ ਹੈਗੇ ਨੇ ਕੁਛ ਕੇ ਹੈਗੇ ਨੇ, ਅੱਛੇ ਹੈਗੇ ਨੇ, ਬਾਕੀ ਹੁਣ ਅੱਲਾ ਤੇ ਹੈਗਾ ਕੀ ਹੋ ਸਕਦਾ। ਫਿਲਹਾਲ ਤਾਂ ਪ੍ਰੋਗਰਾਮ ਵੜ ਗਿਆ। ਅੱਛਾ, ਤਾਂ ਇਹ ਦੱਸੋ ਕਿ ਮੈਚ ਸ਼ੁਰੂ ਹੋਣ ਤੋਂ ਪਹਿਲੇ ਕੀ ਐਕਸਪੈਕਟ ਕਰ ਰਹੇ ਸੀ ਕਿ ਪਾਕਿਸਤਾਨ ਕਿੰਨਾ ਟਾਰਗੇਟ ਸੈੱਟ ਕਰੇਗੀ ਜਾਂ ਪਾਕਿਸਤਾਨ ਦੀ ਕੋਈ ਵਿਕਟਰੀ ਦਾ ਕੋਈ ਚਾਂਸ ਲੱਗ ਰਿਹਾ ਸੀ? ਮੈਚ ਸਟਾਰਟ ਹੋਣ ਤੋਂ ਪਹਿਲੇ ਸਾਡਾ ਇਹ ਨਹੀਂ ਹੈਗਾ ਸੀ ਕਿ 300 ਟੱਪ ਜਾਏਗਾ, ਪਰ ਹੁਣ ਕੋਈ ਫਰਕ ਹੋ ਗਿਆ। ਅੱਛਾ, ਇੰਡੀਅਨ ਆਡੀਅੰਸ ਜਿਹੜੀ ਇੰਡੀਅਨ ਕਰਾਊਡ ਹੈ ਪੂਰਾ, ਤੁਸੀਂ ਵੇਖ ਸਕਦੇ ਹੋ ਕਿ ਸਕਰੀਨ 'ਤੇ ਵੀ ਕਿ ਯਾਨੀ ਕਿ ਲੱਖ ਤੋਂ ਉੱਤੇ ਬੰਦਾ ਜਿਹੜਾ ਸਾਰਾ ਸਾਰਾ ਇੰਡੀਆ ਦਾ ਕਰਾਊਡ ਹੈ ਉਹ ਇੰਡੀਆ ਨੂੰ ਸਪੋਰਟ ਕਰ ਰਿਹਾ, ਪਾਕਿਸਤਾਨ ਦੀ ਬਾਉਂਡਰੀ 'ਤੇ ਵੀ ਕੋਈ ਬਿਲਕੁਲ ਪਿੰਨ ਡ੍ਰੌਪ ਸਾਇਲੈਂਸ ਸੀ, ਅਤੇ ਇਹਦਾ ਵੀ ਕੋਈ ਸਾਈਕੋਲੋਜੀਕਲ ਇਫੈਕਟ ਪੈਂਦਾ ਪਲੇਅਰਸ 'ਤੇ? ਸਾਡੇ ਪਲੇਅਰ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਦੀ ਵਜ੍ਹਾ ਤੋਂ ਤਾਂ ਨਹੀਂ ਇਸ ਤਰ੍ਹਾਂ ਕਰ ਗਏ ਕਲੈਪਸ? ਜ਼ਾਹਿਰ ਗੱਲ ਹੈ, ਜੇ ਜ਼ਿਆਦਾ ਕਰਾਊਡ ਹੋਏ ਖਾਲੀ ਉਹ ਵੀ ਇੰਡੀਆ ਦਾ ਅਤੇ ਪਾਕਿਸਤਾਨ ਦੀ ਟੀਮ 'ਤੇ ਥੋੜ੍ਹਾ ਜਿਹਾ ਪੈਂਦਾ ਇਫੈਕਟ ਪੈਂਦਾ। ਅੱਛਾ, ਲੋਕਾਂ ਨੂੰ ਜ਼ਾਹਿਰ ਹੈ ਕਿ ਇਸ ਵਕਤ ਸਮਝ ਨਹੀਂ ਆ ਰਹੀ, ਮੈਨੂੰ ਆਪ ਸਮਝ ਨਹੀਂ ਆ ਰਹੀ ਕਿ ਇਸ ਕੰਡੀਸ਼ਨ ਵਿੱਚ ਪਾਕਿਸਤਾਨ ਦੇ ਹੁਣ ਕੀ ਚਾਂਸਿਸ ਨੇ ਇਸ ਮੈਚ 'ਚ। ਇੱਕ ਇਨਿੰਗਸ ਉਦੋਂ ਰਹਿ ਗਈ ਹੈ, ਲੇਕਿਨ ਉਸ ਇਨਿੰਗਸ 'ਚ ਇੰਡੀਆ ਦੀ ਬੈਟਿੰਗ ਪਰਫੋਰਮੈਂਸ ਦਾ ਜ਼ਿਆਦਾ ਕਰੇਗਾ ਕਿ ਇੰਡੀਆ ਕਿੰਨੀ ਕੁਇਕਲੀ ਇਸ ਟਾਰਗੇਟ ਨੂੰ ਚੇਸ ਕਰ ਸਕਦਾ ਹੈ। ਇੱਕ ਹੋਰ ਜਿਹੜੀ ਗੱਲ ਅਸੀਂ ਕਰ ਰਹੇ ਸਾਂ ਪਹਿਲੇ ਵੀ ਕਿ ਇੰਡੀਅਨ ਕਰਾਊਡ ਇਹ ਲੱਖ ਤੋਂ ਉੱਤੇ ਦਾ ਕਰਾਊਡ ਜਿਹੜਾ ਸਾਰਾ ਇੰਡੀਆ ਨੂੰ ਸਪੋਰਟ ਕਰ ਰਿਹਾ ਹੈ, ਅਤੇ ਲੱਗ ਹੀ ਰਿਹਾ ਸੀ ਜਦੋਂ ਬਾਬਰ ਆਊਟ ਹੋਏ ਅਤੇ ਉਹਦੇ ਬਾਅਦ ਲੱਗ ਰਿਹਾ ਸੀ ਕਿ ਪਾਕਿਸਤਾਨੀ ਪਲੇਅਰਸ ਜਿਹੜੇ ਨੇ ਉਹ ਪ੍ਰੈਸ਼ਰ 'ਚ ਆ ਗਏ ਸਨ, ਅਤੇ ਉਹਦੀ ਵਜ੍ਹਾ ਤੋਂ ਉਹ ਉਸ ਤਰ੍ਹਾਂ ਇੱਕ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾਏ। ਸਰ, ਇਹ ਦੱਸੋ
कि जी पाकिस्तानी टीम का हूँ की पहले तो यह दसो कि जितेगा मैच के नहीं जितेगा मैच बढ़ गया वो जरा अजकल टिकटॉक तो नहीं चलता पे कि ये तो बढ़ गया वही हिसाब हो इनका बढ़ गए ने सारे। अच्छा यह दसो कि जो पाकिस्तान मैच हार जाता है तो अगे वर्ल्ड कप पाकिस्तानी टीम के की चांसिस लग रहे हैं बाकी टीमों होर भी आस्ट्रेलिया साउथ अफ्रीका इंग्लैंड सारे के खिलाफ मैच हमारे पे ने तो की उन्होंने खिलाफ अच्छा परफॉर्म कर सकता है कोई सैमीफाइनल आने की कोई साडा चांस है? बिल्कुल भी नहीं जरा इन्होंने चांस नहीं है इन्हों दी शक्ल ही नहीं है 150 स्कोर तो 2 आउट 190 तो ऑल आउट देखो मजाक है ये तो सा ड्रामेबाजी कर लगे ने असं एडिया उम्मीदों ना आए से इतने तो स्पैशल टाइम कट के आई तो हूँ अभी एडे भी वेले नहीं गए ना उन्हें हूँ स्पैशल आए हैं मैं क्या बाबर साहब खड़े ने 50 स्कोर कर ले माशाल्लाह ना रिजवान की कोई पार्टनरशिप लगेगी कोई 300 तक जाएंगे वो जनाब साहब इन्होंने बोकी पै गई है तो बिल्कुल फारग हो गए ने। अच्छा लेकिन फिर जो पिछला जो T20 वर्ल्ड कप भी तो पहला मैच जो इंडिया के खिलाफ से पाकिस्तान हार गया से लेकिन फिर भी फाइनल तक पहुँच गया तो चस तो इस तरह का कोई मेरे कल तुम नहीं मैं तुम्हें नहीं लगता कि कोई हो सकता है कि पाकिस्तानी प्लेयर इन्ना टैलेंट तो हैगा कि नहीं ये सारी थोड़ी गलती है पिछले 2022 वर्ल्ड कप से भी मैं इतने आया तुम्हें आया इंटरव्यू लिया वो भी मैच बढ़ गया 2021 मैं नहीं आया उदो असी जित गए भी 10 विकटा तो ये थोड़ी गलती तुम क्यों इंटरव्यू लैन आ जाते हो ਤੁਸੀਂ ਮੇਰੇ ਤੇ ਪਾਤਾ ਗਲਤੀ ਤੁਹਾਡੀ ਵੀ ਤੇ ਹੋ ਸਕਦੀ ਹੈ ਕਿ ਤੁਸੀਂ ਜੇ ਨਾ ਉਹ ਮੈਚ ਵੇਖਣ ਤੇ ਹੋ ਸਕਦਾ ਸੀ ਜੇ ਜਾਣ ਸਰ ਤੁਸੀਂ ਵੀ ਦੱਸੋ ਇਹਨਾਂ ਦਾ ਤਾਂ ਨਹੀਂ ਲੱਗ ਰਿਹਾ ਕੋਈ ਉਮੀਦ ਹੈ ਇਹਨਾਂ ਨੂੰ ਵਰਲਡ ਕੱਪ 'ਚ ਚਲੋ ਇਸ ਮੈਚ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਨੇ ਆ ਵਰਲਡ ਕੱਪ 'ਚ ਪਾਕਿਸਤਾਨੀ ਟੀਮ ਦਾ ਹਾਲੇ ਵੀ ਕੋਈ ਚਾਂਸ ਲੱਗ ਰਿਹਾ ਤੁਹਾਨੂੰ ਬੇਸਡ ਔਨ ਦਿਸ ਪਰਫਾਰਮੈਂਸ ਜਾਂ ਪਹਿਲੇ ਦੇ ਜਿਹੜੇ 2 ਮੈਚ ਯਾਰ ਵੇਖੋ 192 ਸਕੋਰ ਹੈ ਅਗਰ ਅਸੀਂ ਆਪਣੀ ਬੋਲਿੰਗ ਨੂੰ ਵੇਖੀਏ ਨਾ ਤਾਂ ਬੋਲਿੰਗ ਬਹੁਤ ਬੈਸਟ ਹੈ हसन अली तो उम्मीद लाई जा सकती है कि शायद अच्छी बॉलिंग कर जाए लेकिन यह है कि उम्मीद तो दुनिया कायम है तो सानू उम्मीद छड़नी नहीं चाहिए उम्मीद कायम रखनी चाहिए है यह है कि देख मगर प्यार से देखो मैच वेखो लेकिन प्यार ना वेखो गुस्से दे नाल ना वेखो यह है कि उम्मीद लाई रखो अपने पाकिस्तान जिंदाबाद इंशाला यह ही आखिरी तक उम्मीद रखे हैं इंशाला। अच्छा तुसी इस टेबल ते पाकिस्तानी जिहड़े फैन ने उन्हां दी दो एक्सट्रीम्स वेख लिया ने एक ते जिहड़े बिल्कुल ही डिसअपॉइंटेड ने जिहड़े कह रहे ने साडे सारी खिलाड़ी फारग ने ते कोई चांस नहीं साडा ते एक कह रहे ने कि हाले इस मैच च वी साडी उम्मीद है कि हो सकदा है कि जित जाण कोई मिरेकल दे थ्रू कोई मिरेकल बॉलिंग परफॉर्मेंस दे थ्रू ते पाकिस्तानी फैनस यूजली स्पैशली इंडिया के खिलाफ जिहड़े मैच होंदे ने उन्हां च इन्हां ही इमोशंस तो गुजरदे ने ते फिर भी मैच आंदे ने वेखदे ने हुणे भी यानी कि लोग जिहड़े मैच पहले इनिंग्स बैठे से वेख रहे वेखण आए से वो हाले भी बैठे ने इंतजार कर रहे हैं सैकेंड इनिंग्स शुरू होने का असी भी करने इतने सैकेंड इनिंग्स का इंतजार तो वेख रहे हैं कि पाकिस्तान के मैच जिन्ना को रह गया वो कोई थोड़ा जहा थ्रिल फरदर ऐड होएगा को पाकिस्तानी पाकिस्तानी टीम अपनी बॉलिंग के थ्रू इस मैच कोई जान पाँच हूँ कामयाब होएगी कि नहीं।